ਸ਼ਹੀਦਾਂ ਦੀ ਯਾਦ ਵਿੱਚ ਬੈਠੀ ਸਾਧ ਸੰਗਤ ਜੀਓ, ਮਹਾਂਪੁਰਚੋ ਸੰਤੋ, ਗੁਰੂ ਦੀਆਂ ਫੌਜੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜਾ ਇਤਿਹਾਸ ਸਰਵਣ ਕੀਤਾ ਹੈ ਸ਼ਹੀਦਾਂ ਬਾਰੇ। ਮੈਂ ਸਿਰਫ ਆਪ ਜੀ ਦੇ ਨਾਲ ਦੋ ਕੁ ਮਿੰਟ ਬਾਬਾ ਜੀ ਦੇ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਮੈਂ ਇੰਨਾ ਹੀ ਧੰਨਵਾਦ ਕਰਨਾ ਚਾਹੁੰਦਾ ਵਾਂ ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਇਹ 35,000 ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਕਾਇਮ ਰੱਖਿਆ, ਅਤੇ ਬੁੱਢਾ ਦਲ ਬਾਬਾ ਸੰਤਾਂ ਸਿੰਘ ਜੀ ਵੱਲੋਂ ਜੋ ਇਹਨਾਂ ਨੂੰ ਪ੍ਰੇਮ ਭਾਵਨਾ ਦੇ ਨਾਲ ਸੇਵਾ ਪਿਆਰ ਨਾਲ ਮਿਲੀ ਹੈ, ਇਹ ਬਾਬਾ ਜੀ ਨੇ ਬਹੁਤ ਵਧੀਆ ਨਿਭਾ ਰਹੇ ਨੇ। ਔਰ ਬਾਬਾ ਜੀ ਨੇ ਜੋ ਇੱਥੇ ਕੀਤਾ ਹੈ ਤੁਸੀਂ ਦੇਖ ਰਹੇ ਹੋ, ਦੇਸ਼ਾਂ ਵਿਦੇਸ਼ਾਂ 'ਚ ਵੀ ਦੇਖ ਰਹੇ ਨੇ ਕਿ ਬਾਬਾ ਜੀ ਨੇ ਕਿੰਨਾ ਰੁਪਈਆ ਇੱਥੇ ਲਾ ਕੇ ਇਸ ਸ਼ੋਭਾ ਸ਼ਾਨ ਨੂੰ ਵਧਾਇਆ ਹੈ, ਉਹਨਾਂ ਸ਼ਹੀਦਾਂ ਦੀ ਸ਼ਾਨ ਨੂੰ, ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਬਾਬਾ ਜੀ ਨੇ ਬਹੁਤ ਵਧੀਆ ਕੰਮ ਕੀਤਾ, ਅਸੀਂ ਸਾਰੇ ਪੰਥ ਵੱਲੋਂ 96 ਕਰੋੜੀ ਬਾਬਾ ਬਲਵੀਰ ਸਿੰਘ ਵੱਲੋਂ ਔਰ ਦਾਸ ਮੁੱਖ ਸੇਵਾਦਾਰ ਜ਼ਿਲ੍ਹਾ ਲੁਧਿਆਣਾ ਹੋਣ ਕਰਕੇ ਮੈਂ ਆਪ ਜੀ ਦਾ, ਬਾਬਾ ਜੀ ਦਾ, ਸਾਰੀਆਂ ਸੰਗਤਾਂ ਦਾ ਅਸੀਂ ਬੁੱਢਾ ਦਲ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ, ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਬਾਬਾ ਜੀ ਦਾ ਵੱਧ ਤੋਂ ਵੱਧ ਸਾਰੇ ਸਹਿਯੋਗ ਦਿਓ। ਜਿਹੜੀ ਤੁਸੀਂ ਮਾਇਆ ਦੇਸ਼ਾਂ ਵਿਦੇਸ਼ਾਂ ਬਾਹਰੋਂ ਭੇਜਦੇ ਹੋ, ਉਹ ਸਾਰੀ ਬਾਬਾ ਜੀ ਆ ਮਾਇਆ ਆਪਾਂ ਦੇਖ ਰਹੇ ਹਾਂ ਕਿੱਦਾਂ ਲਾ ਰਹੇ ਨੇ, ਕਿੰਨੇ ਭੰਡਾਰੇ ਚੱਲ ਰਹੇ ਨੇ, ਕਿੰਨੀ ਕਿਰਪਾ ਹੈ ਮਹਾਰਾਜ ਦੀ। ਬਾਬਾ ਜੀ ਨੇ ਕਾਲਜ, ਸਕੂਲ, ਹਸਪਤਾਲ ਕਾਫੀ ਹੀ ਸੇਵਾ, ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਬਾਬਾ ਜੀ ਨੇ ਬਹੁਤ ਸੇਵਾ ਨਿਭਾਈ ਹੈ। ਅਸੀਂ ਵੀ ਬੁੱਢਾ ਦਲ ਵਾਲੇ ਬਾਬਾ ਜੀ ਦੇ ਨਾਲ ਜਦ ਤੱਕ ਸਾਡਾ ਜੀਵਨ ਹੈ, ਸਾਨੂੰ ਹੋਸ਼ ਆਈ ਹੈ, ਸੰਭਾਲ ਆਈ ਹੈ, ਇਸ ਵਿਰਸੇ ਦਾ ਪਤਾ ਲੱਗਾ ਹੈ, ਸਾਡਾ ਸਾਰਾ ਜੀਵਨ ਹੀ ਇਸ ਬਾਬਾ ਜੀ ਦੇ ਨਾਲ ਗੁਜ਼ਰੇਗਾ ਔਰ ਸੇਵਾ ਕਰਾਂਗੇ। ਸਾਰੀਆਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਦਿਓ ਔਰ ਇਸ ਆਪਾਂ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰੇ ਜਾਵੇ, ਨਿਹਾਲੋ ਜਾਵੇ, 96 ਕਰੋੜੀ ਬੁੱਢਾ ਦਲ ਪੰਥ ਨੂੰ ਭਾਵੇ, ਸਤਿ ਸ੍ਰੀ ਅਕਾਲ। ਜਕਾਰੇ ਜਾਵੇ, ਨਿਹਾਲੋ ਜਾਵੇ, 35,000 ਸ਼ਹੀਦਾਂ ਸਿੰਘਣੀਆਂ ਨੂੰ ਭਾਵੇ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।